ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਸੋ ਮੇਰਾ ਪਿੰਡ ਟਾਂਗਰਾ ਹੈ, ਜਿੱਦਾਂ ਕਿ ਮੈਂ ਤੁਹਾਨੂੰ ਦੱਸਦੀ ਹਾਂ, ਅਕਸਰ ਮੈਨੂੰ ਸਾਰੇ ਪੁੱਛਦੇ ਤੁਸੀਂ ਕਿੱਥੇ ਰਹਿੰਦੇ ਹੋ। ਸੋ ਟਾਂਗਰੇ ਪਿੰਡ ਵਿੱਚ ਹੀ ਸਾਡਾ NGO ਹੈ, smiles.care। ਸੋ ਅੱਜ ਅਸੀਂ ਭਿੰਡੀ ਸੈਦਾਂ ਪਿੰਡ ਵਿੱਚ ਆਏ ਹੋਏ ਹਾਂ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਸੋ ਪਹਿਲਾਂ ਕੁਛ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ। ਸੋ smiles.care ਜਿਹੜੀ ਕਿ ਸਾਡੀ ਸੰਸਥਾ ਹੈ, ਇਹ ਬਿਨਾਂ ਕਿਸੇ ਭੇਦਭਾਵ ਕੋਸ਼ਿਸ਼ ਕਰ ਰਹੀ ਹੈ ਉਸ ਉਮਰ ਦੇ ਬੱਚਿਆਂ ਨੂੰ ਜਾਂ ਉਸ ਉਮਰ ਨੂੰ ਟਾਰਗੇਟ ਕਰਨ ਦੀ ਕਿ ਜਿੱਥੇ ਐਕਚੁਅਲ 'ਚ ਉਹਨਾਂ ਨੂੰ ਲੋੜ ਆ। ਸੋ smiles.care ਜਿਹੜੀ ਸਾਡੀ ਸੰਸਥਾ ਹੈ, ਉਹ ਬਿਨਾਂ ਕਿਸੇ ਭੇਦਭਾਵ ਜਿਹੜਾ ਕਿ ਵਿਦਿਆਰਥੀ ਵਰਗ ਆ ਜਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਸਮਾਜ ਵਿੱਚ ਕੋਈ ਵੀ ਆਪਣਾ ਸਪੈਸ਼ਲ ਕੋਈ ਵਿਚਾਰ ਨਹੀਂ ਹੁੰਦਾ, ਜਾਂ ਉਹ ਕਿਸੇ ਵੀ ਬਣਾਈ ਹੋਈ ਸਮਾਜਿਕ ਵੰਡਾਂ ਦਾ ਸਮਾਜ ਵਿੱਚ ਉਹ ਹਿੱਸਾ ਨਹੀਂ ਹੁੰਦੇ। ਸੋ ਸਮਾਜਿਕ ਵੰਡਾਂ ਦਾ ਬੱਚੇ ਕਦੀ ਵੀ ਹਿੱਸਾ ਨਹੀਂ ਹੁੰਦੇ, ਕਿਉਂਕਿ ਉਹ ਕਦੀ ਡਿਸਾਈਡ ਨਹੀਂ ਕਰ ਸਕਦੇ। ਉਹਨਾਂ ਨੂੰ ਨਹੀਂ ਪਤਾ ਕਿ ਅਮੀਰ ਹਾਂ ਮੈਂ ਜਾਂ ਗਰੀਬ ਹਾਂ। ਅਮੀਰੀ ਗਰੀਬੀ ਦੀ ਵੰਡ ਨਹੀਂ ਹੁੰਦੀ ਉਹਨਾਂ ਦੇ ਮਾਇੰਡ ਵਿੱਚ, ਨਾ ਹੀ ਕੋਈ ਰਾਜਨੀਤਿਕ ਧਿਰ ਨੂੰ ਉਹ ਸਪੋਰਟ ਕਰਦੇ ਨੇ, ਨਾ ਹੀ ਉਹਨਾਂ ਨੂੰ ਧਰਮ ਦਾ ਇੰਨੀ ਚੰਗੀ ਤਰ੍ਹਾਂ ਪਤਾ ਹੈ, ਅਤੇ ਨਾ ਉਹਨਾਂ ਨੂੰ ਇਨਕਮ ਸਟੇਟਸ ਦਾ ਪਤਾ ਹੈ। ਸੋ ਜਿੰਨੀਆਂ ਵੀ ਸਮਾਜ ਵਿੱਚ ਅਸੀਂ ਵੰਡਾਂ ਪੈਦਾ ਕੀਤੀਆਂ, ਜਿੰਨੀਆਂ ਵੀ ਸਮਾਜ ਨੂੰ ਅਸੀਂ ਵੰਡਿਆ ਹੈ ਅਲੱਗ ਅਲੱਗ ਚੀਜ਼ਾਂ ਨਾਲ, ਅਸੀਂ ਧਰਮ ਨਾਲ ਵੰਡਿਆ ਹੋਇਆ ਜਾਂ ਉਹਨੂੰ ਅਸੀਂ ਕਿਸੇ ਵੀ ਰਾਜਸੀ ਕਿਸੇ ਪੋਲੀਟੀਕਲ ਪਾਰਟੀ ਨਾਲ ਵੰਡਿਆ ਹੈ, ਜਾਂ ਅਮੀਰੀ ਗਰੀਬੀ ਨਾਲ ਵੰਡ ਲਿਆ ਹੈ, ਜਾਂ ਪਿੰਡਾਂ ਨਾਲ ਵੰਡ ਲਿਆ ਕਿ ਮੇਰਾ ਇਹ ਪਿੰਡ ਆ ਤੁਹਾਡਾ ਉਹ ਆ, ਜਾਂ ਪਹਿਰਾਵੇ ਨਾਲ ਵੰਡ ਲਿਆ। ਸ਼ਾਇਦ ਜਿਹੜਾ ਇੱਕ ਛੋਟਾ ਬੱਚਾ ਵਾ ਉਹ ਇਸ ਤਰ੍ਹਾਂ ਆਪਣੇ ਮਾਇੰਡ ਵਿੱਚ ਨਹੀਂ ਸੋਚਦਾ। ਸੋ ਇਸੇ ਕਰਕੇ ਅਸੀਂ ਇਸ ਚੀਜ਼ ਨੂੰ ਫੋਕਸ ਕਰ ਰਹੇ ਹਾਂ, ਇਸ ਉਮਰ ਨੂੰ ਜ਼ਿਆਦਾ ਫੋਕਸ ਕਰ ਰਹੇ ਹਾਂ ਕਿ ਅਸੀਂ ਉਹਨਾਂ ਬੱਚਿਆਂ ਦੀ ਹੈਲਪ ਕਰ ਸਕੀਏ ਜਿਨ੍ਹਾਂ ਦਾ ਸਮਾਜ ਵਿੱਚ ਸ਼ਾਇਦ ਕੋਈ ਵੀ ਵਿਚਾਰ ਨਹੀਂ ਹੈਗਾ। ਸੋ ਸਮਾਜ ਵਿੱਚ ਵਿਚਰਦੇ ਅਕਸਰ ਹੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਮੈਂ ਅਕਸਰ NGOs ਜਿਵੇਂ ਕਿ ਨਦਰ ਫਾਊਂਡੇਸ਼ਨ ਦੇ ਫਾਊਂਡਰ ਨੇ ਜਸਵਿੰਦਰ ਸਿੰਘ ਜੀ, ਲੁਧਿਆਣਾ ਮੈਂ ਉਹਨਾਂ ਨੂੰ ਮਿਲੀ। ਮੈਂ ਹੁਣੇ ਇੱਕ ਸੰਸਥਾ ਵਿਜ਼ਿਟ ਕੀਤੀ, ਮਨੁੱਖਤਾ ਦੀ ਸੇਵਾ ਸੁਸਾਇਟੀ, ਜਿਹਦਾ ਕਿ ਸਾਰਿਆਂ ਨੂੰ ਪਤਾ ਲੁਧਿਆਣੇ ਵਿੱਚ। ਸੋ ਬਹੁਤ ਸਾਰੀਆਂ NGOs ਆ ਜਿਹੜੀਆਂ ਕਿ ਡੇਲੀ ਅਸੀਂ ਮਿਲਦੇ ਰਹਿੰਦੇ ਹਾਂ। ਸੋ ਸਾਰੀਆਂ ਸੰਸਥਾਵਾਂ ਸ਼ਾਇਦ ਇੱਕੋ ਜਿੱਕੇ ਫੇਜ਼ ਤੋਂ ਗੁਜ਼ਰਦੀਆਂ। ਸੋ ਸਮਾਜ ਵਿੱਚ ਵਿਚਰਦੇ ਅਕਸਰ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਅਗਾਂਹ ਵਧੂ ਲੋਕਾਂ ਨਾਲ ਸ਼ਾਇਦ ਮਿਲਣ ਦਾ ਮੌਕਾ ਮਿਲਦਾ ਹੈ, ਸ਼ਾਇਦ ਉਹ ਮਿਲਦੀਆਂ ਨੇ। ਸੋ ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜੇ ਵੀ ਸ਼ਖਸੀਅਤਾਂ ਸਾਡੇ ਨਾਲ ਰੂਬਰੂ ਹੁੰਦੀਆਂ ਨੇ ਜਾਂ ਸਾਨੂੰ ਮਿਲਦੀਆਂ ਨੇ, ਸ਼ਾਇਦ ਉਹਨਾਂ ਦਾ ਕੋਈ ਨਾ ਕੋਈ ਰਿਲੀਜੀਅਸ ਲਿੰਕ ਜਾਂ ਫਿਰ ਕੋਈ ਨਾ ਕੋਈ ਰਾਜਨੀਤਿਕ ਲਿੰਕ ਵੀ ਹੁੰਦਾ, ਅਤੇ ਉਦੋਂ ਅਸੀਂ ਇਹ ਡਿਸਾਈਡ ਨਹੀਂ ਕਰ ਪਾਉਂਦੇ ਕਿ ਕੀ ਕੀਤਾ ਜਾਏ, ਜਾਂ ਅਸੀਂ ਇਹ ਸਪੋਰਟ ਲਈਏ ਜਾਂ ਨਾ ਲਈਏ। ਸੋ ਹਰ ਇੱਕ NGO 'ਚ ਹੁੰਦਾ, ਇਹ ਨਹੀਂ ਕਿ ਸਾਡੀ NGO 'ਚ ਜਾਂ ਕਿਸੇ ਵੀ NGO 'ਚ, ਇਹ ਇੱਕ ਚਰਚਾ ਦਾ ਵਿਸ਼ਾ ਹੈ। ਸੋ ਜਿੱਥੋਂ ਤੱਕ smiles.care ਦਾ ਸੰਬੰਧ ਹੈ, ਮਨਦੀਪ ਕੌਰ ਸਿੱਧੂ ਦਾ ਸੰਬੰਧ ਹੈ, ਸੋ ਜੇ ਗੱਲ ਕਰੀਏ ਤਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਅੱਜ ਕੱਲ੍ਹ ਦੇ ਜਿਹੜੇ ਯੂਥ ਆ ਜਿਹੜੇ ਕਿ ਸੰਸਥਾਵਾਂ ਨੂੰ ਸਟਾਰਟ ਕਰ ਰਹੇ ਨੇ, ਜੇ ਤੁਸੀਂ ਖਾਲਸਾ ਐਡ ਵੇਖੋ ਉੱਥੇ ਵੀ ਪੂਰਾ ਇੰਡੀਆ ਵਿੱਚ ਜਿਹੜੀ ਉਹਨਾਂ ਦੀ ਟੀਮ ਆ ਬੜੀ ਯੰਗ ਟੀਮ ਆ, ਨਦਰ ਫਾਊਂਡੇਸ਼ਨ ਆ, ਮਨੁੱਖਤਾ ਦੀ ਸੇਵਾ ਸੁਸਾਇਟੀ ਆ, ਸ਼ਾਇਦ ਸਾਰੇ ਹੀ ਸਾਡੇ ਹਾਣਦੇ ਹੀ ਨੇ ਕਿ ਜਿਹੜੇ ਕਿ ਇਹੋ ਜਿਹੇ ਸੋਸ਼ਲ ਸਟੈਪ ਲੈ ਰਹੇ ਨੇ। ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਕਿਉਂਕਿ ਸਾਡੇ 'ਚ ਜੋਸ਼ ਆ, ਅਸੀਂ ਬਹੁਤ ਜ਼ਿਆਦਾ ਅਸੀਂ ਖੁਦ ਦਾ ਵੀ ਕੰਮ ਕਰਦੇ ਹਾਂ, ਕਿੱਤਾ ਮੁਖੀ ਅਸੀਂ ਲੋਕ ਹਾਂ। ਸੋ ਸ਼ਾਇਦ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਅੱਜ ਕੱਲ੍ਹ ਨੇ ਹਮੇਸ਼ਾ ਵੱਡਾ ਟੀਚਾ ਜਿਹੜਾ ਲੈਣ ਦੀ ਕੋਸ਼ਿਸ਼ ਕਰਦੀਆਂ ਨੇ, ਹਾਲਾਂਕਿ ਕਿਉਂਕਿ ਉਹ ਆਪਣੇ ਆਪ 'ਤੇ ਇੰਨਾ ਵਿਸ਼ਵਾਸ ਰੱਖਦੀਆਂ ਨੇ, ਉਹ ਇੰਨਾ ਆਪਣੇ ਆਪ 'ਤੇ ਸੋਚਦੀਆਂ ਨੇ ਕਿ ਹਾਂ ਮੈਂ ਇਸ ਸਮੇਂ ਕਿੱਤਾ ਮੁਖੀ ਹਾਂ ਅਤੇ ਸ਼ਾਇਦ ਮੈਂ ਇੱਕ ਵੱਡਾ ਜਿਹੜਾ ਪ੍ਰੋਬਲਮ ਆ ਉਹ ਵੀ ਸੋਲਵ ਕਰ ਸਕਦਾ। ਸੋ ਜਿਵੇਂ ਕਿ ਮੈਂ ਤੁਹਾਨੂੰ ਮੈਚ ਫੋਰ ਮੈਰੋ ਬਾਰੇ ਦੱਸਦੀ ਰਹਿੰਦੀ ਹਾਂ, ਅਤੇ ਅਕਸਰ ਹੀ ਮੈਚ ਫੋਰ ਮੈਰੋ ਵਿੱਚ ਸਿੰਗਲ ਜਿਹੜਾ ਟੈਸਟ ਆ ਜਿਹੜਾ ਕਿ ਕੈਂਸਰ ਰਿਲੇਟਿਡ ਆ, 8000 ਦਾ ਹੋ ਰਿਹਾ। ਸੋ ਜੇ ਉਹ ਡੇਲੀ 100 ਲੋਕਾਂ ਦਾ ਵੀ ਟੈਸਟ ਕਰਾਉਂਦੇ ਨੇ ਅਤੇ ਸੋ ਕਿੰਨਾ ਜ਼ਿਆਦਾ 8 lakh ਦਾ ਖਰਚਾ ਹੈ। ਸੋ ਅਕਸਰ ਹੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੱਡੇ ਟੀਚੇ ਮਿੱਥਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਵੱਡੇ ਕਿਸੇ ਕੌਜ਼ ਨੂੰ ਸਪੋਰਟ ਕੀਤਾ ਜਾਏ, ਕਿਉਂਕਿ ਵੱਡਾ ਟੀਚਾ ਅਸੀਂ ਇਸ ਕਰਕੇ ਲੈਂਦੇ ਹਾਂ ਜਿੱਦਾਂ ਕਿ ਅਸੀਂ 10,000 ਸ਼ੂਜ਼ ਦੇਣ ਦਾ ਟੀਚਾ ਲਿਆ, ਅਸੀਂ ਇਹ ਟੀਚਾ ਇਸ ਲਈ ਲੈਂਦੇ ਹਾਂ ਕਿ ਕਿਉਂਕਿ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਨੂੰ ਸ਼ਾਇਦ ਬੜਾ ਹੀ ਕੋਲੋਂ ਵੇਖ ਲਿਆ ਹੈ।
ਜਦੋਂ ਅਸੀਂ ਖੁਦ ਸ਼ੂਜ਼ ਪਾ ਰਹੇ ਹਾਂ, ਖੁਦ ਵਿਜ਼ਿਟ ਕਰ ਰਹੇ ਹਾਂ ਸਕੂਲਾਂ ਵਿੱਚ, ਸੋ ਬਹੁਤ ਹੀ ਮੁਸੀਬਤਾਂ ਨੂੰ ਬੜਾ ਕਲੋਜ਼ਲੀ ਵੇਖ ਰਿਹਾ, ਅਤੇ ਉਸ ਟਾਈਮ ਸਾਨੂੰ ਸ਼ਾਇਦ ਲੱਗਦਾ ਹੈ ਕਿ ਕਿਸੇ ਵੀ ਸਾਧਨ ਨਾਲ ਜੇ ਅਸੀਂ ਕਿਸੇ ਦੀ ਲੋੜ ਪੂਰੀ ਕਰ ਸਕਦੇ ਤਾਂ ਸਾਨੂੰ ਹਮੇਸ਼ਾ ਅੱਗੇ ਆਉਣਾ ਚਾਹੀਦਾ। ਸੋ ਜੇਕਰ ਅਸੀਂ ਆਪਣੀ ਧੜੇਬੰਦੀ ਤੋਂ ਉੱਪਰ ਉੱਠ ਕੇ, ਕਿਸੇ ਵੀ ਪੋਲੀਟੀਕਲ ਵਿਊ ਤੋਂ ਉੱਪਰ ਉੱਠ ਕੇ, ਜੇ ਕਿਸੇ ਸਵਾਰਥ ਤੋਂ ਬਿਨਾਂ, ਜੇ ਪੋਲੀਟੀਕਲ ਪਾਰਟੀਜ਼ ਵੀ NGOs ਦੀ ਮਦਦ ਕਰਨ ਲਈ ਅੱਗੇ ਆਉਂਦੀਆਂ ਨੇ, ਅਤੇ ਸ਼ਾਇਦ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦੀ ਰਫ਼ਤਾਰ ਅਤੇ ਉਹਨਾਂ ਦਾ ਜਿਹੜਾ ਦਾਇਰਾ ਹੈ ਉਹ ਬਹੁਤ ਜ਼ਿਆਦਾ ਵੱਧ ਸਕਦਾ। ਸੋ ਹਮੇਸ਼ਾ ਹੀ ਜਿਹੜਾ ਕਿ ਕੋਈ ਵੀ ਰਾਜਸੀ ਪਾਰਟੀਆਂ ਨੇ ਉਹ ਵੀ ਅੱਗੇ ਆ ਸਕਦੀਆਂ ਨੇ NGOs ਦੀ ਹੈਲਪ ਕਰਨ, ਅਤੇ ਜ਼ਰੂਰੀ ਨਹੀਂ ਕਿ ਇਹਦਾ ਮਤਲਬ ਇਹ ਆ ਕਿ NGOs ਉਸ ਪਾਰਟੀ ਦਾ ਕੋਈ ਹਿੱਸਾ ਨੇ। ਸੋ ਅਖੀਰ ਵਿੱਚ ਮੈਂ ਆਪ ਜੀ ਨੂੰ ਇਹੀ ਦੱਸਣਾ ਚਾਹਾਂਗੀ, ਸਪਸ਼ਟ ਕਰਨਾ ਚਾਹਾਂਗੀ ਕਿ smiles.care ਵਿੱਚ ਕੋਈ ਵੀ ਸ਼ਖਸੀਅਤ ਜੇ ਸਾਨੂੰ ਕਾਲ ਕਰਦੀ ਹੈ ਜਾਂ ਸਾਨੂੰ ਬੁਲਾ ਰਹੀ ਹੈ, ਜਿਹੜਾ ਕਿ ਬਹੁਤ ਵਾਰ ਹੋਇਆ ਹੈ ਅਤੇ ਅਸੀਂ ਕਦੀ ਵੀ ਉਸ ਚੀਜ਼ ਨੂੰ ਯੈਸ ਨਹੀਂ ਕੀਤੀ, ਬਿਕੋਜ਼ ਉਸ ਤੋਂ ਪਹਿਲਾਂ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ, ਜੇ ਕੋਈ ਵੀ ਸ਼ਖਸੀਅਤ ਜਾਂ ਕੋਈ ਵੀ ਰਾਜਸੀ ਪਾਰਟੀ ਸਾਨੂੰ ਬੁਲਾਉਣਾ ਚਾਹੇ ਤਾਂ ਉਹਨਾਂ ਨੂੰ ਮੋਸਟ ਵੈਲਕਮ ਆ। ਜੇ ਤੁਸੀਂ ਸਾਨੂੰ ਸਾਡੇ ਕਾਰਜ ਦੀ ਪੂਰਤੀ ਵਿੱਚ ਹੈਲਪ ਕਰਦੇ ਹੋ, ਸਾਡਾ ਜਿਹੜਾ ਟੀਚਾ ਵਾ ਅਸੀਂ ਮਿੱਥਿਆ ਉਸ ਨੂੰ ਪੂਰਾ ਕਰਨ 'ਚ ਸਾਡੀ ਹੈਲਪ ਕਰਦੇ ਹੋ, ਅਤੇ ਤੁਹਾਡਾ ਮੋਸਟ ਵੈਲਕਮ ਆ। ਮੇਰੀ NGO 'ਚ ਨਹੀਂ, ਸ਼ਾਇਦ ਹਰ ਇੱਕ ਸਮਾਜ ਸੰਸਥਾ ਨੂੰ ਤੁਹਾਨੂੰ ਜੋ ਵੀ ਤੁਹਾਡੇ ਲੋਕਲ ਆ ਉਹਨੂੰ ਸਪੋਰਟ ਕਰਨਾ ਚਾਹੀਦਾ। ਸੋ ਮੈਂ ਸਾਰੇ ਹੀ ਰਾਜਸੀ ਧਿਰਾਂ ਦਾ ਸਤਿਕਾਰ ਕਰਦੀ ਹਾਂ, ਸਾਰੀਆਂ ਪੋਲੀਟੀਕਲ ਪਾਰਟੀਜ਼ ਦਾ ਮੈਂ ਸਤਿਕਾਰ ਕਰਦੀ ਹਾਂ, ਬਿਕੋਜ਼ ਇਹ ਤੁਹਾਡਾ ਪ੍ਰੋਫੈਸ਼ਨ ਹੈ ਅਤੇ ਸ਼ਾਇਦ ਇਹ ਤੁਹਾਡਾ ਸਮਾਜ ਵਿੱਚ ਸੇਵਾ ਕਰਨ ਦਾ ਤਰੀਕਾ ਹੈ। ਸੋ ਇਸ ਤੋਂ ਮਤਲਬ ਮੈਂ ਤੁਹਾਨੂੰ ਪੂਰਾ ਰਿਸਪੈਕਟ ਦਿੰਦੀ ਹਾਂ ਇਸ, ਜੇ ਤੁਸੀਂ ਕੋਈ ਵੀ ਸਮਾਜ ਸੇਵਾ ਕਾਰਜ ਵਿੱਚ ਅੱਗੇ ਆਉਂਦੇ ਹੋ, ਕਿਸੇ ਵੀ NGO ਦੀ ਸਪੋਰਟ ਕਰਦੇ ਹੋ। ਪਰ ਮੈਂ ਇਹ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਮੈਂ ਐਜ਼ ਮਨਦੀਪ ਕੌਰ ਸਿੱਧੂ ਜਾਂ smiles.care ਕਿਸੇ ਵੀ ਰਾਜਸੀ ਪਾਰਟੀ ਦਾ ਕਿਸੇ ਤਰੀਕੇ ਨਾਲ ਕੋਈ ਹਿੱਸਾ ਨਹੀਂ ਨੇ। ਸੋ ਸਮਾਜ ਸੇਵੀ ਜਿਹੜੇ ਕਾਰਜ ਆ, ਜਾਂ ਵੈਨ ਵੀ ਸਰਵ ਹਿਊਮੈਨਿਟੀ, ਜਾਂ ਜਦੋਂ ਅਸੀਂ ਇਨਸਾਨੀਅਤ ਦੀ ਗੱਲ ਕਰੀਏ ਅਤੇ ਅਸੀਂ ਉਦੋਂ ਸਮਾਜਿਕ ਵੰਡਾਂ ਤੋਂ ਬਹੁਤ ਉੱਪਰ ਉੱਠ ਕੇ ਗੱਲ ਕਰਦੇ ਹਾਂ। ਸੋ ਪਹਿਲਾਂ, ਸਭ ਤੋਂ ਪਹਿਲਾਂ ਅਸੀਂ ਇੱਕ ਜਾਨ ਆ ਜਿਹੜੇ ਕਿ ਸਾਹ ਲੈ ਰਹੇ ਹਾਂ, ਦੂਸਰਿਆਂ ਨਾਲ ਰਹਿ ਰਹੇ ਹਾਂ, ਜਿਹੜੇ ਕਿ ਇਨਸਾਨ ਨੇ। ਸੋ ਪਹਿਲਾਂ ਹੀ ਇੱਕ ਜਾਨ ਆ, ਇੱਕ ਇਨਸਾਨ ਆ ਕਿ ਕਿਸੇ ਵੀ ਪਾਰਟੀ ਨੂੰ ਜਾਂ ਕਿਸੇ ਵੀ ਧਰਮ ਨੂੰ ਅਪਣਾਉਣ ਤੋਂ ਪਹਿਲਾਂ ਸ਼ਾਇਦ ਅਸੀਂ ਪਹਿਲਾਂ ਇੱਕ ਹਿਊਮਨ ਬੀਂਗ ਆ, ਇਸ ਚੀਜ਼ ਨੂੰ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਸੋ ਜਦੋਂ ਵੀ ਅਸੀਂ ਕਿਸੇ ਵੀ ਸਕੂਲ ਵਿੱਚ ਜਾ ਰਹੇ ਹਾਂ ਜਾਂ ਕਿਸੇ ਵੀ ਪਿੰਡ ਵਿੱਚ ਜਾ ਰਹੇ ਹਾਂ, ਸੋ ਉਹਦਾ ਬਿਲਕੁਲ ਜਿਹੜੀ ਚੋਣ ਆ ਉਹ ਸਰਵੇ ਦੇ ਆਧਾਰਿਤ ਹੁੰਦੀ ਆ, ਕਿ ਜੇ ਵਾਕਈ ਕਿਸੇ ਨੇ ਵੇਖਿਆ ਕਿ ਇਸ ਪਿੰਡ ਵਿੱਚ ਲੋੜ ਆ ਅਤੇ ਅਸੀਂ ਇਮੀਡੀਏਟਲੀ ਯੈਸ ਕਹਿੰਦੇ ਹਾਂ ਕਿ ਹਾਂ ਅਸੀਂ ਇੱਥੇ ਜਾਣਾ, ਇਹਦਾ ਬਿਲਕੁਲ ਵੀ ਇਹ ਮਤਲਬ ਨਹੀਂ ਆ ਕਿ ਅਸੀਂ ਕਿਸੇ ਵੀ ਰਾਜਸੀ ਧਿਰ ਨੂੰ ਸਪੋਰਟ ਕਰਦੇ ਹਾਂ, ਜਾਂ ਸਾਡੇ ਕੋਈ ਵੀ ਕੈਂਪੇਨ ਵਿੱਚ ਕੋਈ ਵੀ ਆ ਰਿਹਾ ਜਾਂ ਕੋਈ ਵੀ ਨਿਊਜ਼ ਲੱਗ ਰਹੀ ਹੈ, ਇਹਨਾਂ ਸਾਰੀਆਂ ਚੀਜ਼ਾਂ 'ਤੇ ਮੇਰੇ ਕੋਈ ਵੀ ਕੰਟਰੋਲ ਨਹੀਂ ਹੈਗਾ। ਸੋ smiles.care ਕਦੀ ਵੀ ਕਿਸੇ ਰਾਜਸੀ ਧਿਰ ਨੂੰ ਸਪੋਰਟ ਨਹੀਂ ਕਰਦਾ, ਬਟ ਸਾਰੀਆਂ NGOs ਜਾਂ ਸਾਡੀ NGO ਮੋਸਟ ਵੈਲਕਮ ਕਰਦੀ ਆ ਜਿਹੜਾ ਵੀ ਇਹੋ ਜਿਹੀਆਂ ਸੇਵਾਵਾਂ ਵਿੱਚ ਮਦਦਗਾਰ ਬਣਨਾ ਚਾਹੁੰਦਾ ਹੈ। ਅਤੇ ਜ਼ਰੂਰੀ ਨਹੀਂ ਕਿ ਜੇ ਕੋਈ ਵੀ ਪਾਰਟੀ ਜਾਂ ਕੋਈ ਵੀ ਸ਼ਖਸੀਅਤ ਸਾਡੀ ਹੈਲਪ ਕਰ ਰਹੀ ਆ, ਜਾਂ ਕੋਈ ਸਪੋਰਟਸ ਪਰਸਨ ਹੀ ਲਾ ਲਓ ਤੁਸੀਂ, ਜਾਂ ਕੋਈ ਹੋਰ ਕੋਈ ਕਿਸੇ ਤਰ੍ਹਾਂ ਦਾ ਵੀ ਅਸੀਂ ਕਮਿਊਨਿਟੀ ਦਾ ਅਸੀਂ ਸ਼ਖਸੀਅਤ ਨੂੰ ਲੈ ਲਈਏ, ਕੋਈ ਸਿੰਗਰ ਆ ਜਾਂ ਕੋਈ ਵੀ ਕਿਸੇ ਨੂੰ ਸਪੋਰਟ ਕਰ ਰਿਹਾ, ਇਹਦਾ ਮਤਲਬ ਇਹ ਨਹੀਂ ਕਿ ਉਹ ਉਸ ਧਿਰ ਵਿੱਚ ਸ਼ਾਮਿਲ ਹੋ ਗਿਆ। ਸੋ ਇਨਸਾਨੀਅਤ ਸਾਰਿਆਂ ਦੇ ਅੰਦਰ ਆ, ਅਤੇ ਅਸੀਂ ਇਸ ਚੀਜ਼ ਦੀ ਸ਼ਲਾਘਾ ਕਰਦੇ ਹਾਂ ਕਿ ਜਦੋਂ ਕੋਈ ਵੀ ਇਰਰਿਸਪੈਕਟਿਵ ਆਫ ਹਿਜ਼ ਔਰ ਹਰ ਬੈਕਗਰਾਉਂਡ ਅੱਗੇ ਆਉਂਦਾ ਵਾ ਅਤੇ ਚੰਗੇ ਕੰਮਾਂ 'ਚ ਆਪਣਾ ਹਿੱਸਾ ਪਾਉਣਾ ਚਾਹੁੰਦਾ। ਇੱਥੇ NGOs ਦਾ ਪੂਰਾ ਇਹ ਰੋਲ ਆ ਕਿ ਜੋ ਵੀ ਉਹਨਾਂ ਨੂੰ ਮਦਦ ਮਿਲਦੀ ਆ ਉਹ ਬੜੀ ਕਲੀਅਰਲੀ, ਬੜੇ ਹੀ ਸਪਸ਼ਟ ਤਰੀਕੇ ਨਾਲ ਜਿਹੜੀ ਆ ਉਸ ਉਹਦਾ ਯੂਜ਼ ਕਰਨ ਅਤੇ ਅੱਗੇ ਬਿਲਕੁਲ ਸਹੀ ਜਗ੍ਹਾ 'ਤੇ ਇਹ ਮਦਦ ਪਹੁੰਚੇ। ਸੋ ਸਾਧਨ ਭਾਵੇਂ ਕੋਈ ਵੀ ਹੋਵੇ, ਪਰ ਜੇ ਐਕਚੁਅਲ 'ਚ ਐਂਡ ਵਿੱਚ ਕਿਸੇ ਦੀ ਹੈਲਪ ਹੋ ਰਹੀ ਆ, ਸੋ ਉੱਥੇ ਸਾਡਾ ਜਿਹੜਾ ਰੋਲ ਜ਼ਰੂਰੀ ਹੈ ਕਿ ਹੈਲਪ ਕਰਨਾ ਬਹੁਤ ਜ਼ਰੂਰੀ ਆ। ਸੋ ਕੋਈ ਉਹ ਪੋਲੀਟੀਕਲ ਪਾਰਟੀ ਤੋਂ ਆ ਰਹੀ ਹੋਵੇ ਜਾਂ ਰਿਲੀਜੀਅਸ ਕਮਿਊਨਿਟੀ ਤੋਂ ਆ ਰਹੀ ਹੋਵੇ, ਭਾਵੇਂ ਉਹ ਤੁਹਾਡੇ ਕੋਲ ਸਿੰਗਰ ਕੋਲ ਆ ਰਹੀ ਹੋਵੇ, ਕਿਸੇ ਸਪੋਰਟਸ ਪਰਸਨ ਤੋਂ ਤੁਹਾਡੇ ਕੋਲ ਮਦਦ ਆ ਰਹੀ ਹੋਵੇ, ਸਾਡਾ ਕੰਮ ਆ ਮਦਦ ਕਰਨਾ। ਸੋ ਕਦੀ ਵੀ ਆਪਣੇ ਮਾਇੰਡ ਨੂੰ ਇਸ ਤਰ੍ਹਾਂ ਜਿਹੜੀਆਂ NGOs ਨਾਲ ਸਮਾਜ ਸੇਵੀ ਸੰਸਥਾਵਾਂ ਵਾ ਉਹਨਾਂ ਨੂੰ ਇਸ ਨਜ਼ਰੀਏ ਨਾਲ ਕਦੀ ਵੀ ਅਸੀਂ ਨਹੀਂ ਦੇਖਣਾ, ਕਿਉਂਕਿ ਅਸੀਂ ਇੱਕ ਪੋਜ਼ਿਟਿਵ ਸਮਾਜ ਸਿਰਜਣਾ ਕਿ ਜਿਹੜਾ ਵਾਕਈ ਹੈਲਪ ਹੋ ਰਹੀ ਆ ਕਿ ਸ਼ਾਇਦ ਇਹ ਇਸ ਧਿਰ ਵਿੱਚ ਸ਼ਾਮਿਲ ਆ, ਜਾਂ ਸ਼ਾਇਦ ਮਨਦੀਪ ਕੌਰ ਸਿੱਧੂ ਜਾਂ ਸ਼ਾਇਦ smiles.care ਜਾਂ ਹੋਰ NGOs ਆ ਇਹ ਇਹਨਾਂ ਨੂੰ ਸਪੋਰਟ ਕਰਦੇ ਆ, ਤਾਂ ਕਰਕੇ ਇਸ ਪਿੰਡ ਵਿੱਚ ਕੈਂਪੇਨ ਕਰ ਰਹੇ ਨੇ ਜਾਂ ਇਸ ਤਰ੍ਹਾਂ ਦਾ ਸ਼ੂਰ ਗਿਵਿੰਗ ਕੈਂਪੇਨ ਕਰ ਰਹੇ ਨੇ। ਸੋ
ਇਹ ਚੀਜ਼ਾਂ ਇਹ ਵਾਲੀਆਂ ਉਲਝਣਾਂ ਵਿੱਚ ਜਿੱਚ ਕਿ ਹਰ ਵਾਰ ਅਸੀਂ ਉਲਝਣਾਂ ਵਿੱਚ ਪੈ ਕੇ ਇੱਕ ਦੂਜੇ ਦੇ ਖਿਲਾਫ ਹੋ ਜਾਂਦੇ ਹਾਂ, ਉਲਝਣਾਂ 'ਚ ਪੈ ਕੇ ਇੱਕ ਦੂਜੇ ਨੂੰ ਗਲਤ ਸਮਝਦੇ ਹਾਂ ਅਤੇ ਜਿਹਦਾ ਐਕਚੁਅਲ ਬੈਨੀਫਿਟ ਹੁੰਦਾ ਹੋਣਾ ਹੁੰਦਾ ਉਹ ਹੁੰਦਾ ਨਹੀਂ। ਸੋ ਅਸੀਂ ਸਮਾਜ ਸੇਵੀ ਕੰਮ ਕਰਦੇ ਸਮੇਂ ਕਿਸੇ ਤਰ੍ਹਾਂ ਦੀਆਂ ਉਲਝਣਾਂ ਵਿੱਚ ਨਹੀਂ ਪੈਣਾ। ਅਸੀਂ ਇਹ ਦੇਖਣਾ ਕਿ ਜਿਹੜਾ ਲਾਸਟ ਬੰਦਾ ਜਿਹਦੇ ਤੱਕ ਸਾਡੀ ਹੈਲਪ ਪਹੁੰਚ ਰਹੀ ਆ ਉਹ ਕੰਮ ਐਕਚੁਅਲ 'ਚ ਹੋ ਰਿਹਾ ਕਿ ਨਹੀਂ, ਜਿਹੜਾ ਸਾਡਾ ਅਸਲ ਕੰਮ ਆ ਇਨਸਾਨੀਅਤ ਦੇ ਤੌਰ 'ਤੇ। ਸੋ ਅੱਜ ਦਾ ਇਹ ਕੈਂਪੇਨ ਅਸੀਂ ਭਿੰਡੀ ਸੈਦਾ ਪਿੰਡ ਵਿੱਚ ਕਰ ਰਹੇ ਹਾਂ ਜੋ ਕਿ ਬਾਰਡਰ ਦੇ ਕਾਫੀ ਪਾਸ ਆ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਸੋ ਮੈਂ ਜਗਰੂਪ ਨੂੰ ਆਪਣਾ ਮੋਬਾਈਲ ਦੇਵਾਂਗੀ ਤਾਂ ਕਿ ਉਹ ਤੁਹਾਨੂੰ ਸਾਰਾ ਕੈਂਪੇਨ ਦਿਖਾਏ। ਸੋ ਇਸ ਸਕੂਲ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਲੋੜ ਆ, ਬਹੁਤ ਜ਼ਿਆਦਾ ਹੈਲਪ ਦੀ ਲੋੜ ਆ। ਨੀਅਰਲੀ 600 ਬੱਚੇ ਸਕੂਲ ਵਿੱਚ ਪੜ੍ਹਦੇ ਨੇ ਅਤੇ ਸ਼ਾਇਦ ਉਹਨਾਂ ਵਿੱਚੋਂ ਲਾ ਲਓ ਕਿ 590 ਬੱਚੇ ਹੋਣਗੇ ਜਿਨ੍ਹਾਂ ਕੋਲ ਸ਼ੂਜ਼ ਨਹੀਂ ਹੈਗੇ। ਸੋ ਬਹੁਤ ਹੀ ਜ਼ਿਆਦਾ ਲੋੜ ਵਾਲਾ ਇਹ ਸਕੂਲ ਆ। ਮੈਂ ਪੂਰਾ ਚਾਹਵਾਂਗੀ ਕਿ ਅੱਜ ਵੀ ਅਸੀਂ ਕੋਸ਼ਿਸ਼ ਕਰ ਰਹੇ ਸੀ ਇਹ ਕੈਂਪੇਨ ਜਿਹੜਾ ਕਿ ਕੋਈ ਸਪੋਂਸਰਡ ਕੈਂਪੇਨ ਨਹੀਂ ਆ। ਸੋ ਬਹੁਤ ਥੋੜ੍ਹੇ ਸ਼ੂਜ਼ ਅਸੀਂ ਦੇ ਪਾ ਰਹੇ ਹਾਂ, ਸ਼ਾਇਦ 100 ਪਲੱਸ ਥੋੜ੍ਹੇ ਸ਼ੂਜ਼ ਦੇ ਪਾ ਰਹੇ ਹਾਂ। ਸੋ ਮੈਂ ਚਾਹਵਾਂਗੀ ਕਿ ਇਸ ਲੋਕੇਸ਼ਨ ਤੋਂ ਕੋਈ ਅੱਗੇ ਆਵੇ, ਕੈਂਪੇਨ ਨੂੰ ਸਪੋਂਸਰ ਕਰੇ ਅਤੇ ਅਸੀਂ ਇਸ ਸਕੂਲ ਦੇ ਵਿੱਚ ਹੈਲਪ ਕਰੀਏ, ਬਿਕੋਜ਼ ਇਸ ਸਕੂਲ ਵਿੱਚ ਨੀਅਰਲੀ 600 ਬੱਚੇ ਅਤੇ ਸ਼ਾਇਦ ਸਾਰਿਆਂ ਨੂੰ ਹੀ ਸ਼ੂਜ਼ ਦੀ ਲੋੜ ਹੈ। 600-700 ਬੱਚੇ ਨੂੰ ਸਿਰਫ 8 ਟੀਚਰ ਪੜ੍ਹਾ ਰਹੇ ਨੇ ਇਸ ਸਕੂਲ ਦੇ ਵਿੱਚ ਅਤੇ ਰੇਅਰ ਹੀ ਆ ਕਿ ਕੋਈ ਬੱਚਾ ਯੂਨੀਫਾਰਮ ਵਿੱਚ ਹੈ। ਸੋ ਸਾਰਿਆਂ ਨੇ ਹੀ ਚੱਪਲਾਂ ਪਾਈਆਂ ਹੋਈਆਂ ਸੀ। ਸੋ ਬਹੁਤ ਹੀ ਜ਼ਿਆਦਾ ਨੀਡ ਵਾਲਾ ਪਿੰਡ ਆ, ਸ਼ਾਇਦ ਬਾਰਡਰ ਦੇ ਲਾਗੇ ਜਿੰਨੇ ਪਿੰਡ ਆ ਸਾਰੇ ਇੱਦਾਂ ਦੇ ਜੋ ਕਿ ਮੇਰੇ ਸੁਣਨ ਵਿੱਚ ਆਇਆ ਹੋਇਆ। ਸੋ ਆਓ ਮਿਲ ਕੇ ਸਾਰਿਆਂ ਦੀ ਹੈਲਪ ਕਰੀਏ ਅਤੇ ਅੱਜ ਦਾ ਕੈਂਪੇਨ ਤੁਸੀਂ ਜ਼ਰੂਰ ਦੇਖੋ। ਕਾਫੀ ਕੈਂਪੇਨ ਲੰਘ ਚੁੱਕਾ ਹੈ ਬਿਕੋਜ਼ ਮੈਨੂੰ ਸਾਰੇ ਕਹਿ ਰਹੇ ਸੀ ਕਿ ਤੁਸੀਂ ਵੀਡੀਓਜ਼ ਬਹੁਤ ਲੰਬੀ ਹੋ ਜਾਂਦੀ ਹੈ। ਸੋ ਮੈਂ ਕੈਂਪੇਨ ਹਮੇਸ਼ਾ ਪਹਿਲਾਂ ਹੀ ਸ਼ੁਰੂ ਕਰਾ ਦਿੰਦੀ ਹਾਂ। ਸੋ ਕੈਂਪੇਨ ਕਾਫੀ ਦੇਰ ਦਾ ਸ਼ੁਰੂ ਹੋ ਚੁੱਕਾ ਅਤੇ ਇਸ ਤੋਂ ਬਾਅਦ ਲਾਸਟ ਵਿੱਚ ਅਸੀਂ ਇਸ ਸਕੂਲ ਦੇ ਜਿਹੜੇ ਹੈੱਡ ਮਾਸਟਰ ਆ ਉਹਨਾਂ ਨਾਲ ਗੱਲ ਕਰਾਂਗੇ, ਇਸ ਸਕੂਲ ਬਾਰੇ ਹੋਰ ਜਾਣਾਂਗੇ, ਸਟੂਡੈਂਟਸ ਬਾਰੇ ਜਾਣਾਂਗੇ ਜਾਂ ਇੱਥੇ ਕਿੱਦਾਂ ਦੀਆਂ ਫੈਮਿਲੀਜ਼ ਰਹਿੰਦੀਆਂ ਉਸ ਬਾਰੇ ਜਾਣਾਂਗੇ। ਸੋ ਕੁਝ ਮਿੰਟਾਂ ਲਈ ਤੁਸੀਂ ਕੈਂਪੇਨ ਜਿਹੜਾ ਵਾ ਉਹ ਦੇਖ ਸਕਦੇ ਹੋ। ਲੋ ਬੇਟਾ
ਬੱਚਿਆਂ ਨੂੰ ਸ਼ੂਜ਼ ਮਿਲ ਗਏ ਨੇ ਤੇ ਅਸੀਂ ਇੱਥੋਂ ਦੇ ਹੈੱਡ ਮਾਸਟਰ ਨਾਲ ਅਸੀਂ ਇੱਕ ਵਾਰ ਗੱਲ ਕਰਾਂਗੇ ਤਾਂ ਕਿ ਸਾਨੂੰ ਨਵੀਆਂ ਚੀਜ਼ਾਂ ਪਤਾ ਲੱਗਣ। ਸੋ ਇੱਥੇ ਬਹੁਤ ਤਕਰੀਬਨ ਕਿਸੇ ਵੀ ਬੱਚੇ ਕੋਲ ਇੱਥੇ ਅੱਜ ਸ਼ੂਜ਼ ਨਹੀਂ ਸੀ। ਸੋ ਸਰ ਆ ਰਹੇ ਨੇ ਸਾਡੇ ਕੋਲ। ਸਭ ਤੋਂ ਪਹਿਲਾਂ ਤੇ ਤੁਸੀਂ ਸਾਨੂੰ ਆਪਣਾ ਨਾਮ ਦੱਸੋ। ਮੈਂ ਨਾ ਪਰਮਿੰਦਰ ਸਿੰਘ ਪੜਿਆ। ਓਕੇ ਪਰਮਿੰਦਰ ਸਿੰਘ ਜੀ, ਤੁਸੀਂ ਇਹ ਦੱਸੋ ਇਸ ਸਕੂਲ ਵਿੱਚ, ਮੈਂ ਦੇਖਿਆ ਕਿ ਬਹੁਤ ਜ਼ਿਆਦਾ ਬੱਚੇ ਨੇ, ਜਿੰਨੇ ਵੀ ਮੈਂ ਅੱਜ ਤੱਕ ਸਕੂਲ ਵਿਜ਼ਿਟ ਕੀਤੇ ਸਭ ਤੋਂ ਜ਼ਿਆਦਾ ਬੱਚੇ ਇਸ ਸਕੂਲ ਵਿੱਚ ਨੇ। ਸੋ ਕਿੰਨੇ ਬੱਚੇ ਨੇ ਇੱਥੇ ਤੇ ਕੀ ਉਹਨਾਂ ਦੇ ਬੈਕਗ੍ਰਾਊਂਡ ਆ, ਜਾਂ ਜਿਵੇਂ ਕਿ ਇੱਥੇ ਮੈਂ ਦੇਖਿਆ ਕਿ ਮਿਨੀਮਮ ਬੱਚਿਆਂ ਨੇ ਸ਼ੂਜ਼ ਪਾਏ ਹੋਏ ਸੀ, ਬਹੁਤ ਹੀ ਘੱਟ ਬੱਚਿਆਂ ਨੇ। ਸੋ ਇਸ ਪਿੰਡ ਦੇ ਹਿਸਾਬ ਨਾਲ ਤੁਸੀਂ ਮਤਲਬ ਬੱਚਿਆਂ ਦੇ ਘਰੇਲੂ ਬੈਕਗ੍ਰਾਉਂਡ ਕਿੱਦਾਂ ਦੀ ਹੈ, ਜਿਹੜੇ ਕਿ ਇੱਥੇ ਆ ਰਹੇ ਨੇ ਤੇ ਜਾਂ ਉਹਨਾਂ ਦੀਆਂ ਕੀ ਮਜਬੂਰੀਆਂ ਨੇ? ਪਿੰਡ ਦੇ ਸਾਡੇ ਸਕੂਲ ਦੇ ਵਿੱਚ ਬੱਚੇ ਜਿਹੜੇ 677 ਬੱਚੇ ਆ ਰਹੇ ਟੋਟਲ, ਔਰ ਸਰਹੱਦੀ ਖੇਤਰ ਹੋਣ ਦੇ ਕਰਕੇ ਸਭ ਤੋਂ ਵੱਧ ਜਿਹੜੀ ਇਹ ਭਿੰਡੀ ਸਦਨ ਦੀ ਆਬਾਦੀ ਉਹ ਹੈਗੀ ਰਾਏ ਸਿੱਖ ਬਰਾਦਰੀ ਨਾਲ ਸੰਬੰਧਿਤ ਨੇ, ਔਰ ਇਹ ਰਾਏ ਸਿੱਖ ਬਰਾਦਰੀ ਜਿਹੜੀ ਹੈਗੀ ਆ ਲਗਭਗ ਉਹ 95% ਲੋਕ ਉਹ ਬੰਦੇ ਨੇ ਜਿਹੜੇ ਰੋਜ਼ਾਨਾ ਲੇਬਰ ਕਰਦੇ ਆ, ਉਹ ਡੇਲੀ ਬੇਸ ਤੇ ਕੰਮ ਕਰਦੇ ਆ, ਲੇਬਰ ਕਲਾਸ ਹੈਗੀ ਆ। ਔਰ ਜਿਹੜੀਆਂ ਇਹਨਾਂ ਦੀਆਂ ਦੁਸ਼ਵਾਰੀਆਂ ਨੇ, ਇਹਨਾਂ ਦੀਆਂ ਮਜਬੂਰੀਆਂ ਨੇ, ਉਹ ਹੈਗੀਆਂ ਨੇ ਕਿ ਇਹ ਬੱਚੇ ਹੈਗੇ ਆ ਲੇਬਰ ਕਲਾਸ ਨਾਲ ਸੰਬੰਧਿਤ,
ਇਹਨਾਂ ਦੇ ਜਿਹੜੇ ਮਾਪੇ ਨੇ ਉਹ ਬਿਲਕੁਲ ਹੀ ਅਨਪੜ੍ਹ ਕਿੰਨੇ ਅਨਪੜ੍ਹ ਨੇ, ਪੜ੍ਹੇ ਲਿਖੇ ਕੋਈ ਹੈ ਨਹੀਂ ਜੀ, ਨਾ ਕੋਈ ਇੱਥੇ ਕੋਈ ਕੋਈ ਲਹਿਰ ਚਲਾਈ ਗਈ, ਔਰ ਨਾ ਹੀ ਬੰਦੇ ਜਿਹੜੇ ਇਹਨਾਂ ਦੇ ਮਾਂ ਪਿਓ ਜਿਹੜੇ ਪੜ੍ਹੇ ਲਿਖੇ ਹੈਗੇ ਆ, ਜਿਸ ਕਰਕੇ ਸਭ ਤੋਂ ਵੱਧ ਦੀ ਵੱਡੀ ਗੱਲ ਇੱਥੇ ਬੇਰੁਜ਼ਗਾਰੀ ਆ। ਫਿਰ ਜਿਹੜੇ ਮਾਪੇ ਨਾ ਪੜ੍ਹੇ ਲਿਖੇ ਹੁਣ ਮਿਹਨਤ ਮਜ਼ਦੂਰੀ ਕਰਨ ਦੇ ਨਾਲ ਨਾਲ ਉਹ ਜਿਹੜਾ ਨਸ਼ੇ ਵੀ ਕਰਦੇ ਆ। ਤੀਜੇ ਨੰਬਰ 'ਤੇ ਇੱਥੇ ਜਿਹੜੀ ਆ ਕੋਈ ਇੰਟਰਟੇਨਮੈਂਟ ਵਾਸਤੇ ਕੋਈ ਸਾਧਨ ਨਹੀਂ ਹੈਗਾ, ਕਿਉਂਕਿ ਪਿੰਡਾਂ ਦੇ ਵਿੱਚ ਬਿਜਲੀ ਜਿਹੜੀ ਆ ਬਹੁਤ ਘੱਟ ਘਰ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਮੀਟਰ ਲੱਗੇ ਹੋਏ ਬਿਜਲੀ ਦੇ, ਔਰ ਨਾ ਹੀ ਇਹ ਬੰਦੇ ਜਿਹੜੇ ਆ ਕੋਈ ਇੰਟਰਟੇਨਮੈਂਟ ਕਰਦੇ। ਇਹਨਾਂ ਦੇ ਘਰ ਵਿੱਚ 4 ਤੋਂ ਲੈ ਕੇ 16 ਤੱਕ ਬੱਚੇ ਹੈਗੇ ਆ। ਇਸ ਕਰਕੇ ਇਹ ਬੰਦੇ ਇਹਨਾਂ ਦੀ ਦੁਸ਼ਵਾਰੀਆਂ ਇਹਨਾਂ ਦੀਆਂ ਹੈਗੀਆਂ ਕਿ ਲੇਬਰ ਕਲਾਸ, ਅਨਪੜ੍ਹਤਾ, ਬੇਰੁਜ਼ਗਾਰੀ ਔਰ ਜਨਸੰਖਿਆ 'ਚ ਬਹੁਤ ਜ਼ਿਆਦਾ ਵਾਧਾ। ਔਰ ਇਹ ਬੱਚੇ ਜਿਹੜੇ ਸਾਡੇ ਸਕੂਲ 'ਚ ਆ ਰਹੇ ਆ, ਸਾਡੇ 670 ਬੱਚੇ ਆ, ਜਿਹਦੇ ਵਿੱਚ ਕਿ ਬੱਚੇ 600 ਦੇ ਲਗਭਗ ਬੱਚਾ ਰੋਜ਼ ਸਾਡੇ ਕੋਲ ਹਾਜ਼ਰ ਹੁੰਦਾ। ਔਰ ਜਦੋਂ ਕੋਈ ਲੇਬਰ ਦੇ ਦਿਨ ਚੱਲਦੇ ਆ ਜਾਂ ਕੋਈ ਆਲੂ ਪੁੱਟਣ ਜਾਂਦੇ ਜਾਂ ਮਤਲਬ ਇਹ ਇੱਥੋਂ ਦੀ ਲੇਬਰ ਜਿਹੜੀ ਆ ਉਹ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ ਉੱਥੋਂ ਤੱਕ ਜਿਹੜੀ ਮਤਲਬ ਲੇਬਰ ਕਰਨ ਵਾਸਤੇ ਜਾਂਦੇ ਆ। ਜਦੋਂ ਜਾਂਦੇ ਫਿਰ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਨਹੀਂ ਜਾਂਦੇ, ਔਰ ਇਹ ਨਾਲ ਲੈ ਕੇ ਜਾਂਦੇ, ਜਿਸ ਕਰਕੇ ਉਹ ਬੱਚਿਆਂ ਦੀ ਗਿਣਤੀ ਜਿਹੜੀ ਸਾਡੇ ਕੋਲ 400, 450 ਅਤੇ 350 ਦੇ ਲਾਗੇ ਚਾਗੇ ਰਹਿ ਜਾਂਦੇ। ਔਰ ਇਹਨਾਂ ਵਾਸਤੇ ਜੇਕਰ ਜਿਹੜੀ ਤੁਸੀਂ ਬੂਟ ਦੀ ਗੱਲ ਕੀਤੀ, ਕਿਉਂਕਿ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਹੋਣਾ, ਕਿਉਂਕਿ ਹਰ ਸਾਲ ਸਰਕਾਰ ਨੂੰ ਜਿਹੜੀ ਆਉਂਦੀ ਵਰਦੀਆਂ ਆਉਂਦੀਆਂ ਨੇ ਉਹ ਹਰ ਸਾਲ ਇਹਨਾਂ ਬੱਚਿਆਂ ਨੂੰ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹ ਸਮੇਤ ਬੂਟ। ਪਰ ਇਹ ਬੱਚੇ ਜਿਹੜੇ ਆ ਬੂਟ ਤੋੜ ਲੈਂਦੇ ਨੇ ਜਾਂ ਕੀ ਕਰ ਲੈਂਦੇ, ਕਿਉਂਕਿ ਪਿੰਡ ਦੇ ਵਿੱਚ ਚੱਕੜ ਅਤੇ ਬਹੁਤ ਜ਼ਿਆਦਾ ਬੁਰਾ ਹਾਲ ਹੋਣ ਕਰਕੇ ਫਿਰ ਚੱਪਲਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਬੂਟ ਨਾ ਨਾ ਪਾਉਣ ਕਰਕੇ, ਅਤੇ ਇਹ ਚੀਜ਼ਾਂ ਨੇ ਵੀ ਹੈਗੀਆਂ। ਚਲੋ ਬਹੁਤ ਬਹੁਤ ਸ਼ੁਕਰੀਆ। ਸੋ ਸਾਡੇ ਨਾਲ ਸ਼ਮਸ਼ੇਰ ਸਿੰਘ ਜੀ, ਜਿਨ੍ਹਾਂ ਨੇ ਕਿ ਸਾਨੂੰ ਬੂਆ ਨੰਗਲੀ ਵਿੱਚ ਜਦ ਮੈਂ ਕੈਂਪਿੰਗ ਕੀਤਾ ਸੀ ਉਦੋਂ ਸਾਨੂੰ ਮਿਲੇ ਸੀ। ਸੋ ਸਰ ਅੱਜ ਵੀ ਇੱਥੇ ਮੌਜੂਦ ਨੇ। ਸੋ ਸ਼ਮਸ਼ੇਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੁਸੀਂ ਅੱਜ ਸਾਨੂੰ ਇਸ ਪਿੰਡ ਵਿੱਚ ਵੀ ਬੁਲਾਇਆ, ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇਸ ਪਿੰਡ ਨੂੰ ਵੀ ਰੈਫਰ ਕੀਤਾ ਕਿ ਜਿੱਥੇ ਵਾਕਈ ਬਹੁਤ ਲੋੜ ਸੀ। ਸੋ ਤੁਹਾਨੂੰ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਆ ਸਾਡੇ ਨਾਲ? ਜੀ ਮੈਂ ਜਿੱਥੋਂ ਤੱਕ ਤੁਹਾਡੀ ਗੱਲ ਹੁਣ ਤੁਹਾਡੇ ਮੂੰਹ 'ਤੇ ਦੁਖੀ ਤਾਰੀਫ ਕਰਨੀ ਆ, ਤੁਹਾਡਾ ਇੱਕ ਬਹੁਤ ਵਧੀਆ ਉਦਮ ਆ, ਚੰਗਾ ਉਦਮ ਆ ਔਰ ਸਾਰਥਕ ਉਦਮ ਆ। ਮੈਂ ਤਾਂ ਬੇਨਤੀ ਕਰਾਂਗਾ ਸਾਰੇ ਜਿਹੜਾ ਜਿਹੜਾ ਬੰਦਾ ਵੀ ਸੁਣ ਰਿਹਾ ਕਿ ਇਹੋ ਜਿਹਾ ਉਦਮ ਹਰੇਕ ਨੌਜਵਾਨ ਨੂੰ ਜਿਹਦੇ ਕੋਲ ਹੈਸੀਅਤ ਆ ਉਹਨੂੰ ਜ਼ਰੂਰ ਕਰਨਾ ਚਾਹੀਦਾ। ਦੂਜੀ ਗੱਲ, ਜਿਹੜਾ ਤੁਸੀਂ ਕਰ ਰਹੇ ਹੋ ਇਹ ਕੰਮ, ਖਾਸ ਕਰਕੇ ਰਿਮੋਟ ਏਰੀਆ ਦੇ ਵਿੱਚ, ਜਿਵੇਂ ਅੱਜ ਜਿਹੜੇ ਪਿੰਡ 'ਚ ਆਪਾਂ ਬੈਠੇ ਹਾਂ ਭਿੰਡੀ ਸਿੱਧਾਂ, ਜੇ ਮੈਂ ਕਹਿ ਲਾਂ ਸਾਡੇ ਅੰਮ੍ਰਿਤਸਰ ਦੇ ਸਭ ਤੋਂ ਪਛੜੇ ਇਲਾਕਿਆਂ ਦੇ ਵਿੱਚੋਂ ਇੱਕ ਆ ਅਤੇ ਕੋਈ ਅੱਤ ਖਤਰੀ ਨਹੀਂ, ਔਰ ਇਸ ਇਲਾਕੇ ਨੂੰ ਤੁਸੀਂ ਚੂਜ਼ ਕੀਤਾ, ਇਹ ਮੈਂ ਸਮਝਦਾ ਤੁਹਾਡੀ ਦਾਤ ਦੇਣੀ ਬਣਦੀ ਆ, ਕਿਉਂਕਿ ਇਹਨਾਂ ਰਿਮੋਟ ਏਰੀਆ ਦੇ ਵਿੱਚ ਕੋਈ ਵੀ ਆ ਕੇ ਚੈਰਿਟੀ ਵੀ ਲੋਕ ਕਰਨੀ ਚਾਹੁੰਦੇ ਆ, ਉਹਨਾਂ ਏਰੀਆ 'ਚ ਕਰਨੀ ਚਾਹੁੰਦੇ ਆ ਜਿਨ੍ਹਾਂ ਏਰੀਆ ਦੇ ਵਿੱਚ ਕੋਈ ਲੋਕਾਂ ਨੂੰ ਚਮਕ ਦਮਕ ਦਿਸੇ। ਇਹ ਬਹੁਤ ਵਧੀਆ ਉਦਮ ਹੈ ਔਰ ਇੱਥੇ ਜ਼ਰੂਰਤ ਆ ਲੋਕਾਂ ਨੂੰ। ਬਾਕੀ ਮੈਂ ਨਾਲ ਦੀ ਨਾਲ ਜਿੱਥੇ ਤੁਹਾਡੇ ਇਸ ਉਦਮ ਦੀ ਪ੍ਰਸ਼ੰਸਾ ਕਰਦਾ, ਮੈਂ ਸਮੁੱਚੇ ਸੁਣਨ ਵਾਲੇ ਵਿਊਅਰਸ ਜਿੰਨੇ ਵੀ ਇਹਨੂੰ ਸੁਣ ਰਹੇ ਆ ਮੇਰੀ ਗੱਲ ਨੂੰ, ਮੈਂ ਤੁਹਾਨੂੰ ਇੱਕ ਅਪੀਲ ਵੀ ਕਰਾਂਗਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਪੂਰਾ ਜ਼ੋਰ ਲਾਉਣਾ ਚਾਹੀਦਾ, ਔਰ ਖਾਸ ਕਰ ਇਹ ਜਿਹੜਾ ਕੰਮ ਹੈ, ਇਹ ਵੇਖੋ ਗੱਲ ਕਰਨੀ ਬਹੁਤ ਸੌਖੀ ਹੈ, ਬੋਲ ਲੈਣਾ ਬੜਾ ਸੌਖਾ ਹੈ, ਪਰ ਇਹਦੇ ਲਈ ਜਿਹੜਾ ਘੱਟੋ ਘੱਟ ਆਰਥਿਕ ਮਦਦ ਜਿਹੜੀ ਆ ਉਹ ਇੱਕ ਬੜੀ ਵੱਡੀ ਜ਼ਰੂਰੀ ਹੈ। ਫਾਈਨਾਂਸ ਇਹਦੇ ਲਈ ਸਭ ਤੋਂ ਵੱਡਾ ਕੰਮ ਹੈ ਕਿ ਫਾਈਨਾਂਸ ਤੋਂ ਬਗੈਰ ਅਜਿਹਾ ਕੰਮ ਨਹੀਂ ਕੀਤਾ ਜਾ ਸਕਦਾ। ਇੱਕ ਇਕੱਲਾ ਬੰਦਾ ਜੇ ਕਹੇ ਮੈਂ ਸਾਰਿਆਂ ਦੇ ਦੁੱਖ ਨਿਵਰਤ ਕਰ ਦੂੰਗਾ ਤਾਂ ਉਹ ਮੁਸ਼ਕਲ ਹੋ ਜਾਂਦੀ ਹੈ, ਤਾਂ ਮੈਂ ਤਾਂ ਸਮੁੱਚੇ ਨੌਜਵਾਨਾਂ ਨੂੰ ਅਪੀਲ ਕਰਾਂਗਾ, ਸਮੁੱਚੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਹਾਨੂੰ ਜ਼ਰੂਰ ਬਣਦਾ ਹਿੱਸਾ ਜਿਹੜਾ ਉਹ ਪਾਉਣਾ ਚਾਹੀਦਾ, ਖਾਸ ਕਰ ਤੁਹਾਡੇ ਇਸ ਮਿਸ਼ਨ ਦੇ ਵਿੱਚ ਜੁੜਨ ਦੇ ਲਈ। ਇੱਥੇ ਆਪਾਂ ਵੇਖਿਆ ਆ ਕੇ ਕਿ ਜਿੰਨੇ ਬੱਚੇ ਸੀ ਉਹਨਾਂ ਵਿੱਚੋਂ ਮੋਸਟ ਆਫ ਦਾ ਜਿਹੜੇ ਚਿਲਡਰਨ ਆ ਕਿਸੇ ਦੇ ਕੋਲ ਵੀ ਢੰਗ ਦੇ ਜੋੜਾ ਨਹੀਂ ਸੀ, ਢੰਗ ਦੀ ਜੁੱਤੀ ਨਹੀਂ ਸੀ, ਢੰਗ ਦੀ ਸ਼ੂਜ਼ ਉਹਦੇ ਕੋਲ ਨਹੀਂ ਸੀ। ਸੋ ਤੁਸਾਂ ਜਿਹੜਾ ਇਹ ਉਦਮ ਕੀਤਾ ਮੈਂ ਸਮਝਦਾ ਬੜੇ ਜ਼ਰੂਰਤ ਵਾਲੇ ਇਲਾਕੇ ਵਿੱਚ ਕੀਤਾ। ਜਦੋਂ ਆਪਾਂ ਉਹਨਾਂ ਬੱਚਿਆਂ ਨੂੰ ਵੇਖਿਆ ਤਾਂ ਸਾਨੂੰ ਆਪਣੇ ਅੰਦਰ ਇੱਕ ਗਲਾਨੀ ਮਹਿਸੂਸ ਹੋਈ ਕਿ ਅਸੀਂ ਲੋਕ ਪਰਮਾਤਮਾ ਦਾ ਸ਼ੁਕਰ ਹੀ ਨਹੀਂ ਕਰਦੇ, ਸਾਡੇ ਉੱਤੇ ਇੰਨੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਅਸੀਂ ਆਪਣੇ ਬੱਚਿਆਂ ਲਈ ਸੁੱਖ ਸਹੂਲਤਾਂ ਲੱਭਦੇ ਹਾਂ, ਸਾਨੂੰ ਜ਼ਰੂਰ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਇਸ ਪਾਸੇ ਪਾ ਕੇ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਮੈਂ ਤਾਂ ਡਾਇਰੈਕਟਲੀ ਕਹਾਂਗਾ ਕਿ ਤੁਹਾਨੂੰ ਹੀ ਸਹਿਯੋਗ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ, ਕਿਉਂਕਿ ਤੁਸੀਂ ਉਦਮ ਸ਼ੁਰੂ ਕੀਤਾ ਔਰ ਸ਼ੁਰੂ ਹੀ ਨਹੀਂ ਕੀਤਾ ਬਲਕਿ ਇਹਨੂੰ ਬਾਖੂਬੀ ਨਿਭਾ ਰਹੇ ਹੋ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹੋ। ਮੈਂ ਤਾਂ ਸਮਝਦਾ ਸਾਨੂੰ ਸਾਰਿਆਂ ਨੂੰ ਇਹ ਤੁਹਾਨੂੰ ਆਰਥਿਕ ਸਹਿਯੋਗ ਵੀ ਦੇਣਾ ਚਾਹੀਦਾ, ਬਾਕੀ ਜਿਸਮਾਨੀ ਤੌਰ 'ਤੇ ਜਿਵੇਂ ਚਲੋ ਅਸੀਂ ਧੰਨਵਾਦ ਸਮਝਦੇ ਹਾਂ ਤੁਸੀਂ ਸਾਨੂੰ ਮੌਕਾ ਦਿੱਤਾ ਉਸ ਦਿਨ ਵੀ ਸਾਡੇ ਪਿੰਡ ਆਏ, ਅੱਜ ਇਹ ਭਿੰਡੀ ਸ਼ਹੀਦਾਂ ਵਿੱਚ ਤੁਸੀਂ ਨਾਲ ਸਾਨੂੰ ਆਉਣ ਦਾ ਇੱਥੇ ਮੌਕਾ ਦਿੱਤਾ, ਇਹ ਥੋੜ੍ਹੀ ਬਹੁਤੀ ਸੇਵਾ ਜੋ ਅਸੀਂ ਕਰ ਸਕੇ ਹਾਂ, ਇਹ ਸਮਾਂ ਸਫਲਾ ਹੋ ਗਿਆ ਮੈਂ ਤਾਂ ਸਮਝਦਾ। ਬਾਕੀ ਮੈਂ ਫਿਰ ਅਪੀਲ ਕਰਾਂਗਾ ਕਿ ਆਰਥਿਕ ਤੌਰ 'ਤੇ ਜ਼ਰੂਰ ਇਸ ਸੰਸਥਾ ਦੀ ਸਮਾਈਲ ਡੋਟ ਕੇਅਰ ਦੀ ਮਦਦ ਕੀਤੀ ਜਾਵੇ, ਸਮੁੱਚੇ ਨੌਜਵਾਨਾਂ ਨੂੰ ਮੇਰੀ ਅਪੀਲ। ਪਿੰਡ ਤੋਂ ਵੀ ਬਹੁਤ ਜਣੇ ਇੱਥੇ ਮੌਜੂਦ ਨੇ ਅੱਜ, ਹਾਲਾਂਕਿ ਕਿਹਾ ਜਾਂਦਾ ਹੈ ਕਿ ਪਲੀਜ਼ ਨਾ ਦੱਸੋ ਕਿ ਜਦੋਂ ਅਸੀਂ ਆਉਣਾ ਹੋਵੇ, ਬਿਕੋਜ਼ ਬੱਚੇ ਥੋੜ੍ਹਾ ਔਡ ਫੀਲ ਕਰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਲਈ, ਮਨਦੀਪ ਕੌਰ ਸਿੱਧੂ, ਬਹੁਤ ਬਹੁਤ ਸ਼ੁਕਰੀਆ।